अमृतपाल ने भी लगभग जो नशे वाला तो अमृत संचार वाला काम किया उतों तक अभी सहमत से जो आप तुरे से फिर अपना खड़न का हक बनता भी आप जोड़े बंदे है किसी बंद के थ्रू अरैसट होवो ज आपका दूजा कोई जब जड़े भी तरीके बंद पेश हो सकता पेश होवो मगर लाइन कदों कुट पवाई जाने जो आप गल ही कर ली सी बी हाँ असं खड़ा तड़ा तो फिर वो किसी मैस कॉल मार दिता कोई किसी फोन लाई जाता दूजा दूइया कटाई जाते मेरे हिसाब से तो कोई फायदा नहीं गा आपके आप इतने करो पुलिस साहब की कार्रवाई करूगी अदालत का जो करना करा करे ये जो नौजवानों का मैं पहले ही कह चुका हाँ कि किसी जथेबंदी के नाल होना कोई माड़ी गल नहीं है परंतु जदों जथेबंदी बंदी के मुखिया के एजेंडे तो थिड़क जाती है गल उदों जी थले वाली पब्लिक आ जोड़े फॉलोअर आ जोड़े नाल चलने वाले आ उन्होंने मुसीबतों का सामना करना पैंदा है। बस वो जोड़े बंदे एक्टर भी उन्होंने चक रहे थे जोड़े बंद कोई सके जिन्हों की कोई उधर थोड़ी बहुत टच के बच्चे बंद जथेबंदी वाले थे तो जिम्मे जिम्मे उन्होंने क्लीयर हो रहा उन्होंने छड़ रहे जी सवेरे भी अज एक दो मुंडे की जिन्हें अज तरीक से वो गए हुए तो जोड़े जमानत लाई जाते उन्होंने उमें क्ढी जाते हैं जो शक्के आधार चके से उन्होंने छी जा रहे किस आधार से चके गए सानू तो अभी पहले दिन तो टच से अमृतपाल जो बईदीप सिद्धू ने जथेबंदी बनाई हुई थी तो ऊँ सा टच टुट गया वहीर तो पहला किसी गल करके तो अजनला कांड तो मगरों भी लगभग अपने सारे पत्रकार भी उन्होंने भी पता थे उत्थे मोर्चे असी होंगे सके भी साडा टच टुटिया हुआ सी पर उधर साडी आपस गलबात होंदी रहिंदी सी कुछ बंदियां दे नाल ते कुछ जां पोस्टां पास्टां जिहड़ियां वायरल कीतियां उहदे आधार ते चक्किया सी उसां नूं किन्ने जणे सी कोल जिहड़े फरीदकोट ते तुसीं उस समय रात ਵਿੱਚ ਸਾਨੂੰ 19 ਤਰੀਕ ਨੂੰ ਲੈ ਕੇ ਆਏ ਸੀਗੇ ਬੈਟਲ ਮੋਰਚੇ ਕਿੰਨੇ ਜਣੇ ਸੀਗੇ ਅਸੀਂ ਦੋ ਜਣੇ ਸੀਗੇ ਤੇ ਦੋ ਜਣੇ ਤੋਂ ਪਹਿਲਾਂ ਸੀ ਮਾਸਟਰ ਹਰਜਿੰਦਰ ਸਿੰਘ ਤੇ ਸ਼ਰਦੀ ਸਿੰਘ ਚਾਰ ਜਣੇ ਸੀ ਟੋਟਲ ਅੱਜ ਕਿੰਨੇ ਜਣੇ ਹੋਏ ਆ ਅੱਜ ਦੋ ਜਣੇ ਨੂੰ ਦੋ ਜਣੇ ਦੀਆਂ ਗਏ ਵੇ ਜੀ ਉੱਥੇ ਪੇਸ਼ੀ ਤੇ ਗਏ ਬਈ ਦੋ ਜਣੇ ਸੀ ਕਿੰਨੇ ਬੰਦੇ ਹੋ ਰਹੇ ਹੋਗੇ ਅੰਦਰ ਹੈਗੇ ਜੀ 13-14 ਜਣੇ ਹੋਣਗੇ ਹੋਰ ਵੱਖ-ਵੱਖ ਹੋਰ ਜ਼ਿਲ੍ਹਿਆਂ ਦੇ ਉਹ ਹੋਰ ਜ਼ਿਲ੍ਹਿਆਂ ਦੇ ਮੋਗੇ ਨਾਲ ਸੰਬੰਧਤ ਆ ਜੀ ਕੀ ਕਹਿਣਾ ਕੀ ਚਾਹੋਗੇ ਤੁਸੀਂ ਅਮਰਤਪਾਲ ਦਾ ਜੋ ਕਰ ਰਿਹਾ ਸੀਗਾ ਜੋ ਹੁਣ ਉਹਨਾਂ ਨੇ ਪੁਲਿਸ ਨੇ ਚੱਕਿਆ ਕੀ ਕਹਿਣਾ ਚਾਹੋਗੇ ਤੁਸੀਂ ਸਾਰਾ ਵੀ ਸਹੀ ਸੀ ਜਾਂ ਗਲਤ ਦੇਖੋ ਜੀ ਮੈਂ ਸ਼ਾਰਟ ਦੀਆਂ ਗੱਲਾਂ ਆਪਾਂ ਥੋੜੀਆਂ ਜਿਹੀਆਂ ਕਹਿਣੀਆਂ ਬੜਾ ਲੰਮਾ ਚੌੜਾ ਨਹੀਂਗਾ ਕੰਮ ਜਿੰਨਾ ਟਾਈਮ ਜਦੋਂ ਦੀਪ ਨੇ ਜਥੇਬੰਦੀ ਬਣਾਈ ਆ ਸਾਡੇ ਨਾਮ ਦੇ ਉੱਤੇ ਰਜਿਸਟ੍ਰੇਸ਼ਨ ਕਰਾਏਗਾ ਉਹਨੇ ਠੀਕ ਹੈ ਅਸੀਂ ਉਹਦੇ ਨਾਲ ਤੁਰੇ ਵਧੀਆ ਕੰਮ ਨੂੰ ਅਸੀਂ ਤੁਰੇ ਸੀ ਅਮਰਤਪਾਲ ਨੇ ਵੀ ਲਗਭਗ ਜਿਹੜਾ ਨਸ਼ੇ ਵਾਲਾ ਅਤੇ ਅੰਮ੍ਰਿਤ ਸੰਚਾਰ ਵਾਲਾ ਕੰਮ ਕੀਤਾ ਉੱਥੋਂ ਤੱਕ ਅਸੀਂ ਉਹਦੇ ਨਾਲ ਸਹਿਮਤ ਸੀਗੇ ਉਸ ਤੋਂ ਬਾਅਦ ਕੁਛ ਬੰਦੇ ਜਿਹੜੇ ਨਾਲ 5-4 ਤੁਰੇ ਸੀਗੇ ਉਹਨਾਂ ਬੰਦਿਆਂ ਕਰਕੇ ਅਸੀਂ ਸਾਈਡ 'ਤੇ ਹੋਏ ਸੀਗੇ ਅਤੇ ਨਾਲਾ ਘਟਨਾ ਤੋਂ ਮਗਰੋਂ ਅਸੀਂ ਲਗਭਗ ਵੱਖੀ ਸੀਗੇ ਸਾਰਿਆਂ ਨੂੰ ਪਤਾ ਚੱਲ ਰਿਹਾ ਜਥੇਬੰਦੀ ਨੂੰ ਵੀ ਪਤਾ ਵੀ ਅਸੀਂ ਵੱਖ ਚੱਲ ਰਹੇ ਸੀ ਅਤੇ ਆਮ ਦੂਜੀਆਂ ਏ ਬੀ ਸੀ ਡੀ ਜਿੰਨੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਪਤਾ ਸੀ ਵੀ ਅਸੀਂ ਵੱਖ ਹੀ ਚੱਲ ਰਹੇ ਸੀਗੇ ਆਪਸ ਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਵੀ ਅਜਨਾਲਾ ਕਾਂਡ ਉਹ ਗਲਤ ਹੋਇਆ ਅਜਨਾਲਾ ਕਾਂਡ ਨੂੰ ਆਪਾਂ ਗਲਤ ਹੀ ਕਹਿ ਸਕਦੇ ਹਾਂ ਜੀ ਲਗਭਗ ਸਾਡੀ ਜਥੇਬੰਦੀ ਆਪਦੀ ਨਹੀਂ ਇੱਥੋਂ ਤੱਕ ਸਹਿਮਤ ਸੀਗੀ ਠੀਕ ਹੈ ਜੀ ਉਹ ਬਾਈ ਨੂੰ ਵੀ ਕਿਤੇ ਨਾ ਕਿਤੇ ਸੀਗਾ ਮਹਿਸੂਸ ਹੋਇਆ ਸੀ ਅਮਰਤਪਾਲ ਨੂੰ ਵੀ ਉਹ ਜਿਹੜਾ ਕੁਝ ਹੋਇਆ ਵੀ ਬਹੁਤਾ ਸਹੀ ਨਹੀਂ ਹੋਇਆ ਹੋਰ ਤੁਸੀਂ ਹੁਣ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜੇ ਕਿਤੇ ਨਾ ਕਿਤੇ ਜੇ ਮਨ ਦੇ ਵਿੱਚ ਕਿਸੇ ਦੇ ਸੋਚ ਹੈਗੀ ਵੀ ਅਮਰਤਪਾਲ ਸਹੀ ਹੈ ਚੱਲ ਰਿਹਾ ਨਹੀਂ ਦੇਖੋ ਜੀ ਜਿਹੜਾ ਸਹੀ ਗਲਤ ਦਾ ਫੈਸਲਾ ਉਹ ਤਾਂ ਅਦਾਲਤ ਨੇ ਕਰਨਾ ਵਾ ਪਰ ਜਿਹੜੇ ਭੱਜੇ ਫਿਰਦੇ ਆ ਬੰਦੇ ਜਦੋਂ ਆਪਾਂ ਤੁਰੇ ਸੀਗੇ ਤੇ ਫਿਰ ਆਪਣਾ ਖੜਨ ਦਾ ਹੱਕ ਬਣਦਾ ਵੀ ਆਪਦੇ ਜਿਹੜੇ ਬੰਦੇ ਹੈਗੇ ਆ ਕਿਸੇ ਬੰਦੇ ਦੇ ਥਰੂ ਅਰੈਸਟ ਹੋਵੋ ਜਾਂ ਆਪਦਾ ਦੂਜਾ ਕੋਈ ਜਿਵੇਂ ਜਿਹੜੇ ਵੀ ਤਰੀਕੇ ਨਾਲ ਬੰਦਾ ਪੇਸ਼ ਹੋ ਸਕਦਾ ਪੇਸ਼ ਹੋਵੋ ਮਗਰ ਲੈਂਦੀ ਕਦੋਂ ਕੁੱਟ ਪਵਾਈ ਜਾਂਦੇ ਆ ਜਦੋਂ ਆਪਾਂ ਗੱਲ ਹੀ ਕਰ ਲਈ ਸੀਗੀ ਵੀ ਹਾਂ ਅਸੀਂ ਖੜਾਂਗੇ ਤੇ ਅੜਾਂਗੇ ਤੇ ਫਿਰ ਉਹ ਕਿਸੇ ਨੂੰ ਮੈਸੇਜ ਕਾਲ ਮਾਰ ਦਿੰਦਾ ਕੋਈ ਕਿਸੇ ਨੂੰ ਫੋਨ ਲਾਈ ਜਾਂਦਾ ਉਹ ਦੂਜਿਆਂ ਦੀਆਂ ਢੂਹੀਆਂ ਕਟਾਈ ਜਾਂਦੇ ਮੇਰੇ ਹਿਸਾਬ ਨਾਲ ਤਾਂ ਉਹਦਾ ਕੋਈ ਫਾਇਦਾ ਨਹੀਂਗਾ ਆਪਦੇ ਆਪ ਨੂੰ ਇੱਥੇ ਕਰੋ ਪੁਲਿਸ ਸਾਹਿਬ ਦੀ ਕਾਰਵਾਈ ਕਰੂਗੀ ਅਦਾਲਤ ਦਾ ਜਿਹੜਾ ਕੋਈ ਕਰਨਾ ਕਰਾਉਣਾ ਉਹ ਕਰੇ ਤੇ ਗੱਲ ਨਿਬੇ ਦੇਖੋ ਜੀ ਨੌਜਵਾਨੀ ਦਾ ਨੌਜਵਾਨੀ ਨਾਲ ਸਹਿਚਾਰਾ ਹੋਣਾ ਸੁਭਾਵਿਕ ਆ ਪਰੰਤੂ ਇਹ ਜਿਹੜੇ ਦੋ ਨੌਜਵਾਨ ਕੋਮਲਪ੍ਰੀਤ ਅਤੇ ਇੱਕ ਗੁਰਪ੍ਰੀਤ ਹਰੀਨੋ ਇਹ ਲੰਮੇ ਸਮੇਂ ਤੋਂ ਬਹਿਬਲ ਮੋਰਚੇ ਦੇ ਵਿੱਚ ਸੇਵਾਵਾਂ ਨਿਭਾਉਂਦੇ ਸੀ ਅਸੀਂ ਬਹਿਬਲ ਮੋਰਚੇ ਦੇ ਵਿੱਚ ਜਿਹੜੀ ਆਪਣੀ ਅਸੀਂ ਵੀ ਉੱਥੇ ਸੇਵਾਵਾਂ ਕਰਦੇ ਹਾਂ ਅਸੀਂ ਇਹਨਾਂ ਬਾਬਤ ਜਿਹੜੇ ਸੀਨੀਅਰ ਅਫਸਰ ਆ ਉਹਨਾਂ ਦੇ ਕੋਲ ਗੱਲ ਰੱਖੀ ਸੀ ਕਿ ਇਹ ਨੌਜਵਾਨਾਂ ਦਾ ਜਿਹੜਾ ਬਹਿਬਲ ਮੋਰਚੇ ਨਾਲ ਸੰਬੰਧ ਆ ਲੰਮੀ ਲੜਾਈ ਲੜੀ ਹੈ ਅਤੇ ਜੇ ਅਸੀਂ ਇਹਨਾਂ ਦੀ ਪੈਰਵਾਈ ਨਹੀਂ ਕਰਦੇ ਜਾਂ ਅਸੀਂ ਇਹਨਾਂ ਨੂੰ ਰਿਲੀਜ਼ ਨਹੀਂ ਕਰਾਉਂਦੇ ਤਾਂ ਇਦਾਂ ਲੱਗੂਗਾ ਕਿ ਇੰਨੀ ਵੱਡੀ ਸੇਵਾ ਕਰਨ ਦਾ ਉਹਨਾਂ ਨੂੰ ਜਿਹੜਾ ਫਲ ਆ ਜੇਲ੍ਹ ਮਿਲੀ ਆ ਸੋ ਇਸ ਕਰਕੇ ਸੀਨੀਅਰ ਅਫਸਰਾਂ ਨੇ ਸਾਡੀ ਬੇਨਤੀ ਨੂੰ ਮਨਜ਼ੂਰ ਕੀਤਾ ਵਾ ਅਤੇ ਇਹਨਾਂ ਨੌਜਵਾਨਾਂ ਨੂੰ ਰਿਲੀਵ ਕੀਤਾ ਫਰੀਦਕੋਟ ਤੋਂ ਕਿੰਨੇ ਜਿਹੜੇ ਨੌਜਵਾਨ ਆ ਜਿਹੜੇ ਨੇ ਹਿਰਾਸਤ 'ਚ ਲਏ ਮੇਰੇ ਧਿਆਨ 'ਚ ਨਹੀਂ ਹੈਗੀ ਇਹ ਤਾਂ ਪੁਲਿਸ ਦੱਸ ਸਕਦੀ ਆ ਪਰੰਤੂ ਇਹ ਮੇਰੇ ਸਾਡੇ ਆਪਣੇ ਜਿਹੜੇ ਇਹ ਦੋ ਨੌਜਵਾਨ ਸੀ ਅਤੇ 3 ਜਾਂ 4 ਹੋਰ ਵੀ ਹੈਗੇ ਆ ਅਸੀਂ ਉਹਨਾਂ ਦੀ ਵੀ ਬੇਨਤੀ ਕਰਾਂਗੇ ਵੀ ਉਹਨਾਂ ਨੂੰ ਵੀ ਛੱਡਿਆ ਜਾਵੇ ਇਹ ਪਹਿਲਾਂ ਮੰਨਦੇ ਹੋ ਤੁਸੀਂ ਵੀ ਸਹਿਮਤ ਸੀਗੇ ਉਹਨਾਂ ਦੀ ਸੋਚ ਦੇ ਨਾਲ ਅਸਪਤਾਲ ਦੇ ਜਾਂ ਬਾਹਰ ਪੰਜਾਬ ਦੀ ਸਿਕੰਦਰੀ ਨਾਲ ਦੇਖੋ ਕਿਤੇ ਨਾ ਕਿਤੇ ਜੇ ਗੱਲ ਕੋਈ ਹੁੰਦੀ ਆ ਜੇ ਅੱਗ ਬਲਦੀ ਆ ਤਾਂ ਧੂੰਆਂ ਨਿਕਲਦਾ ਆ ਇਹ ਜਿਹੜਾ ਨੌਜਵਾਨਾਂ ਦਾ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ
किसी जथेबंदी दे नाल होना कोई माड़ी गल नहीं है, परंतु जदों जथेबंदी बंदी दे मुखिया दे एजेंडे तो थिड़क जाती है गल, उदों जिहड़ी थल्ले वाली पब्लिक आ जिहड़े फॉलोअर आ जां जिहड़े नाल चलण वाले आ उन्हां नूं मुसीबतां दा सामना करना पैंदा है।